ਬਾਦਲ ਪਰਿਵਾਰ ਤੇ ਲਗਾਤਾਰ ਮੁਸ਼ਕਲਾਂ ਦਾ ਪਹਾੜ ਡਿੱਗਦਾ ਜਾ ਰਿਹਾ ਅਤੇ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਜਾ ਰਹੇ ਨੇ। ਬਾਦਲ ਪਰਿਵਾਰ ਦੇ ਵਿਰੁੱਧ ਲੱਗੀ ਹੋਈ ਬਗਾਵਤ ਦੀ ਅੱਗ ਨੂੰ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਹੋਰ ਵੀ ਹਵਾ ਦੇ ਦਿੱਤੀ ਆ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਲਾਹ ਦਿੰਦੇ ਹੋਏ ਸਰਨਾ ਨੇ ਕਿਹਾ ਕਿ ਉਹ 34 ਸਾਲ ਤੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਨਾਂ ਤੇ ਸਿਆਸੀ ਰੋਟੀਆਂ ਸੇਕਣਾ ਬੰਦ ਕਰੇ ਤੇ ਸਿੱਖ ਜਗਤ ਨੂੰ ਦੱਸੇ ਕਿ ਟਾਈਟਲਰ ਬਾਰੇ ਜੋ ਸਬੂਤ ਕੇਂਦਰ ਸਰਕਾਰ ਨੂੰ ਸੌਂਪੇ ਗਏ ਸਨ ਉਹਨਾਂ ਦਾ ਕੀ ਨਤੀਜਾ ਨਿਕਲਿਆ। ਉਹਨਾਂ ਅਕਾਲੀ ਦਲ ਬਾਦਲ ਵੱਲੋਂ 3 ਨਵੰਬਰ ਨੂੰ 84 ਦੇ ਇਨਸਾਫ ਲਈ ਦਿੱਲੀ 'ਚ ਕੀਤੇ ਜਾਣ ਵਾਲੇ ਧਰਨੇ ਮੁਜ਼ਾਹਰੇ ਦੇ ਪ੍ਰੋਗਰਾਮ ਨੂੰ ਪੁਰਾਣਾ ਸਿਆਸੀ ਨਾਟਕ ਦੱਸਿਆ ਤੇ ਕਿਹਾ ਕਿ 3 ਦਹਾਕਿਆਂ ਤੋਂ ਅਕਾਲੀ ਕਤਲੇਆਮ ਦੇ ਨਾਂ ਤੇ ਨਾਟਕ ਹੀ ਕਰਕੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁਜ਼ਾਹਰਾ ਕਰਨ ਤੋਂ ਪਹਿਲਾਂ ਬਾਦਲ ਦਲ ਦੱਸੇ ਕਿ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਤੱਕ ਨੇ ਬੜੇ ਜ਼ੋਰ ਸ਼ੋਰ ਨਾਲ ਟਾਈਟਲਰ ਦੇ ਜੋ ਅਖੌਤੀ ਸਬੂਤ ਮੋਦੀ ਸਰਕਾਰ ਨੂੰ ਦਿੱਤੇ ਸਨ ਤੇ ਦਾਅਵੇ ਕੀਤੇ ਸਨ ਕਿ ਟਾਈਟਲਰ ਨੂੰ ਗ੍ਰਿਫਤਾਰ ਕਰਕੇ ਹਟਾਂਗੇ, ਸਲਾਖਾਂ ਪਿੱਛੇ ਡੱਕਿਆ ਜਾਵੇਗਾ। ਪਰ ਕੀ ਭੋਲੇ ਭਾਲੇ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਵੀ ਹੋਏ ਜਾਂ ਸਭ ਡਰਾਮਾ ਹੀ ਸਾਬਤ ਹੋਇਆ। ਹੁਣ ਸਿੱਖ ਜਗਤ ਨੂੰ ਹਿਸਾਬ ਦਿਓ ਕਿ ਟਾਈਟਲਰ ਗ੍ਰਿਫਤਾਰ ਕਿਉਂ ਨਹੀਂ ਹੋਇਆ। ਸਰਨਾ ਨੇ ਕਿਹਾ ਕਿ ਬਾਦਲ ਦਲ ਦੇ ਆਗੂਆਂ ਨੂੰ ਚਾਹੀਦਾ ਕਿ ਉਹ ਬਾਦਲਾਂ ਦੀ ਸਿਆਸੀ ਗੁਲਾਮੀ ਦਾ ਜੂੜਾ ਆਪਣੇ ਗਲੋਂ ਲਾ ਕੇ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਆਦਬੀ ਤੇ 2015 'ਚ ਬਹਿਬਲ ਕਲਾਂ 'ਚ ਬੇਆਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਕਰ ਰਹੇ ਸ਼ਾਂਤਮਈ ਸਿੱਖਾਂ ਤੇ ਬਾਦਲਾਂ ਦੀ ਪੁਲਿਸ ਵੱਲੋਂ ਗੋਲੀਆਂ ਚਲਾ ਕੇ 2 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਦੇ ਵਿਰੁੱਧ 3 ਨਵੰਬਰ ਨੂੰ ਦਿੱਲੀ ਵਿੱਚ ਮੁਜ਼ਾਹਰਾ ਕਰਨ ਤਾਂ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ। ਬਿਊਰੋ ਰਿਪੋਰਟ, ਸਪੋਕਸਮੈਨ TV।